पता लग गया कि ऐस बच्ची वास्ते वो रिश्ता आया सी महल्ले च। हुण उधर वेख लो वो औलाद मां प्यो वास्ते घर बनाउंदी, वो भैन वास्ते जहेज बनाउंदी, वो मां दी वीडियो बनाउंदे। वो तेनू को हया है कि नहीं होए? वो कोई काम सीधा भी कर लेने, कोई काम सीधा कर लेने कि नहीं नहीं मेरा बच्चा साइंसदान है। छड़ो इन्हां गल्लां नूं, ए दसो हुण गुड्डी दा की करना जे? शर्मा गई है। शर्म वाली सी तो शर्मा गई, तू तो बेशर्म है। ते तू नहीं बुड्ढी कोल बैठा रहता? देख लिया, या गल्लां करनियां आउंदियां या रोटी खानी आउंदी। ते तू नहीं रोटी खांदा, तेनू नहीं लगदी ते असीं की करिए? ਰਹਿਣਾ ਮੁਰਾਦਾ ਵਿੱਚ ਅਮਰੀਕਾ ਜਾਣਾ ਪੈ ਗਿਆ ਤਾਂ ਉੱਥੇ ਜਾ ਕੇ ਕੀ ਕਰੇਗਾ? ਅਮਰੀਕਾ ਜਾ ਕੇ ਮੈਂ ਕੁੱਤੇ ਨੂੰ ਆ ਲਵਾਂਗਾ, ਇੱਥੇ ਨਹੀਂ ਮੈਂ ਕੁਝ। ਉਹਨਾਂ ਦੇ ਕੁੱਤੇ ਨੂੰ ਆ ਲੈਣੇ ਤੇ ਇੱਥੇ ਕੰਮ ਨਹੀਂ ਕਰਨਾ? ਇੱਥੇ ਨੂੰ ਆਓ ਹਾਂ ਕੁੱਤੇ, ਇੱਥੋਂ ਦੇ ਕੁੱਤੇ ਆਪ ਹੀ ਨਹੀਂ ਨਾਂਦੇ। ਓਏ ਉਹ ਤੈਨੂੰ ਕੁੱਤੇ ਨੂੰ ਆ ਕਿ ਨਹੀਂ? ਜੇ ਬੱਚ ਜਲਦੀ ਲੈ ਤੇ ਲੜਾਈ ਹੋ ਪਈ। ਬੱਚ ਜਾਂਦੀ ਤੂੰ ਬੰਗਾ ਕੇ ਬਾਜਦੀ ਆ, ਸ਼ਰਮ ਨਹੀਂ ਆਉਂਦੀ? ਮੈਂ ਤੈਨੂੰ ਕਦੀ ਕਿਹਾ ਤੂੰ ਅੱਬਾ ਕੇ ਟੂਟੀ? ਵੇਖ ਲਿਆ ਲੋਕਾਂ ਦੇ ਬੱਚੇ, ਕੋਈ ਡੀਸੀ ਲੱਗਾ ਕੋਈ ਏਸੀ ਲੱਗਾ, ਮੇਰਾ ਬੱਚਾ 24 ਘੰਟੇ ਕੰਧ ਨਾਲ ਲੱਗਾ। ਤੇ ਏਸੀ ਕੰਧ ਨਾਲ ਹੀ ਲੱਗਾ ਹੁੰਦਾ? ਤੂੰ ਉਹ ਏਸੀ ਹੈ ਜਿਹਦਾ ਸਾਨੂੰ ਸੇਕ ਆਉਂਦਾ। ਤੇ ਪੁੱਠਾ ਲੱਗ ਗਿਆ ਤੇ ਮੰਜੀ ਚੁੱਕ ਕੇ ਪਿੱਛੇ ਲੈ ਜਾ। ਚਲ ਦਫਾ ਹੋ ਜਾ, ਮੈਂ ਕਹਿੰਦਾ ਦਫਾ ਹੋ ਜਾ ਇਸ ਘਰ ਚੋਂ। ਸ਼ਰਮ ਨਹੀਂ ਆਉਂਦੀ ਇਹਨੂੰ? ਏਡੀ ਮੈਂ ਸਿਫਾਰਿਸ਼ ਦੇ ਨਾਲ ਇਹਨੂੰ ਮੌਤ ਦੇ ਖੂਹ ਤੇ ਲਵਾਇਆ। ਮੈਂ ਕਿਹਾ ਚਲੋ ਮੋਟਰਸਾਈਕਲ ਸੋਹਣਾ ਚਲਾਉਂਦਾ, ਕੋਈ ਦਿਹਾੜੀ ਲਾ ਲਿਆ ਹੈਗਾ, ਪਹਿਲੇ ਸ਼ੋਅ 'ਚ ਰੇਸ ਦੇ ਕੇ ਮੋਟਰਸਾਈਕਲ ਉੱਤੋਂ ਦੀ ਕੱਢ ਲਿਆ। ਚੱਲ ਦਿਖਾਓ ਕਿਉਂ ਵੇ? ਤੇ ਮੇਰਾ ਕੀ ਕਸੂਰ ਹੈ? ਕਿਉਂ ਉੱਤੇ ਇੱਕ ਪਤਲਾ ਜਿਹਾ ਖੁਸਰਾ ਖਲੋਤਾ ਆਇਆ ਸੀ, ਮੈਂ ਸਮਝਿਆ ਬਾਬੂ ਛਮ ਨਾ ਕੇ। ਤੰਗ ਆ ਗਿਆ ਮੈਂ ਇਸ ਬੱਚੇ ਤੋਂ। ਮੇਰੀ ਗੱਲ ਸੁਣਨਾ ਸੀ, ਮੈਂ ਸਾਰੀ ਜ਼ਿੰਦਗੀ ਤੇਰੀਆਂ ਗੱਲਾਂ ਮੰਨੀਆਂ ਤੇ ਮੈਂ ਮੰਨਦਿਆਂ ਰਹਿਣਾ, ਪਰ ਅੱਜ ਮੇਰੀ ਇਹ ਗੱਲ ਮੰਨ ਜਾ, ਅੱਲਾ ਦਾ ਵਾਸਤਾ ਹੀ ਉਹ ਮੇਰੀ ਧੀ ਦੀ ਸ਼ਾਦੀ ਕੌੜੇ ਨਾਲ ਕਰ। ਮੁਰਦਾ ਬੋਲੇ ਤਾਂ ਕਫਨ ਪਾੜ ਕੇ ਬੋਲੇ, ਉਹ ਸਾਲ ਚੋਂ 6 ਮਹੀਨੇ ਜੇਲ੍ਹ ਦੇ ਅੰਦਰ ਰਹਿੰਦਾ। 6 ਮਹੀਨੇ ਦੇ ਬਾਹਰ ਰਹਿੰਦਾ ਕਿ ਨਹੀਂ? 6 ਮਹੀਨੇ ਬੜੇ ਹੁੰਦੇ ਨਹੀਂ ਇਸ ਦੌਰ ਦੇ ਵਿੱਚ? ਦਾਲ ਰੋਟੀ ਤੇ ਆਪਣੀ ਕਮਾਉਂਦਾ ਕਿ ਨਹੀਂ? ਸਿਰਫ ਦਾਲ ਹੀ ਕਮਾਉਂਦਾ ਇਸ ਦੌਰ। ਉਹ ਤੈਨੂੰ ਹਯਾ ਨਹੀਂ ਆਉਂਦੀ, ਉਹ ਤੈਨੂੰ ਪਤਾ ਨਹੀਂ ਕਿਸੇ ਦੇ ਘਰ ਕਿਵੇਂ ਜਾਈਦਾ। ਉਹ ਮਾਸਟਰ ਜੀ ਸਗੋਂ ਮੈਨੂੰ ਪੁੱਛੋ ਕਿ ਪੁੱਤਰ ਡਰਿਆ ਤੇ ਨਹੀਂ। ਇੱਧਰ ਆਵੇ ਨਾ, ਮੈਂ ਕੀ ਕਿਹਾ ਜੇ? ਇੱਥੇ ਬਹਿ ਜਰਾ। ਓਏ ਤੇਰੇ ਕੋਲ 11 ਮਹੀਨੇ ਮੈਂ ਮੁੰਡਾ ਪਾਇਆ, ਉਹ ਤੂੰ ਕੀ ਕੰਮ ਸਿਖਾਇਆ? 11 ਮਹੀਨੇ ਮੇਰੇ ਕੋਲ ਪਾਇਆ ਨਾ, 2 ਮਹੀਨੇ ਆਪਣੇ ਕੋਲ ਪਾਓ, ਤੁਹਾਨੂੰ ਪਤਾ ਲੱਗ ਜਾਏ ਮੁੰਡਾ ਕੀ ਜੰਮਿਆ ਤੂੰ। ਐਡੇ ਮੂੰਹ ਵਾਲਾ ਬੱਚਾ ਜੰਮਿਆ, ਮੂੰਹ ਹੀ ਮੂੰਹ, ਇਹ ਅਕਲ ਹੈ ਹੀ ਨਹੀਂ ਉਹਨੂੰ। ਤੈਨੂੰ ਉਹਦਾ ਕੀ ਕਹਿੰਦਾ ਮੂੰਹ? ਤੈਨੂੰ ਕੀ ਕਹਿੰਦਾ, ਜਦੋਂ ਦਾ ਮੇਰੀ ਵਰਕਸ਼ਾਪ ਆਇਆ ਸਾਰੇ ਗਾਹਕ ਮੇਰੇ ਦੌੜਾ ਛੱਡੇ ਨੇ। ਤੇਰੇ ਗਾਹਕ ਕਿੱਧਰ ਦੌੜ ਗਏ? ਉਹ ਜਿਹੜਾ ਗੱਡੀ ਲੈ ਕੇ ਆਉਂਦਾ ਉਹਨੂੰ ਕਹਿੰਦਾ ਜੀ ਨਾਲ ਦੀ ਵਰਕਸ਼ਾਪ 'ਚ ਲੈ ਜਾਓ, ਮੇਰਾ ਉਸਤਾਦ ਤੇਲ ਪੀਂਦਾ ਹੈ। ਪਿਸਤ ਕਰਵਾ ਛੱਡਿਆ, ਐਡਾ ਵੱਡਾ ਮੂੰਹ ਹੈ, ਗੱਡੀ ਦਾ ਟਾਇਰ ਖੁੱਲ੍ਹ ਹੋਵੇ ਤੇ ਚੈੱਕ ਨਹੀਂ ਲਾਉਣਾ ਪੈਂਦਾ, ਉਹਨੂੰ ਥੱਲੇ ਵਾੜਨਾ ਹੋਵੇ ਤੇ ਮੂੰਹ ਨੰਘਾਉਣ ਲਈ ਚੈੱਕ ਲਾਉਣਾ ਪੈਂਦਾ ਇੰਜ ਕਰਕੇ। ਐਡੀ ਐਡੀ ਠੋਡੀ ਫਸ ਜਾਂਦੀ ਉਹਦੀ ਬੰਪਰ 'ਚ। ਸੁਣ ਲਈ ਜੀ ਆਪਣੇ ਬੱਚੇ ਦੀ ਸਲਾਨਾ ਰਿਪੋਰਟ। ਅਕਲ ਦਾ ਹੀ ਘਾਟਾ ਸਾਰਾ, ਉਹਨੂੰ ਮੈਂ ਕਿਹਾ ਸਲੰਸਰ ਕੱਸ ਤੇ ਪਿੱਛੋਂ ਖੋਲ ਕੇ ਡਰਾਈਵਰ ਨਾਲ ਕੱਸ ਆਇਆ। ਉਹ ਮੈਂ ਕਿਹਾ ਸਲੰਸਰ ਪਿੱਛੇ ਹੁੰਦਾ, ਕਹਿੰਦਾ ਜੀ ਤੁਹਾਨੂੰ ਕੀ ਪਤਾ ਉਹਨਾਂ ਨੇ ਇੱਧਰ ਜਾਣਾ ਕਿ ਇੱਧਰ ਜਾਣਾ। ਸੁਣ ਲਿਆ, ਦਫਾ ਕਰੋ ਇਹਨੂੰ, ਤੁਸੀਂ ਆ ਦੱਸੋ ਸ਼ੇਖਾਂ ਵੱਲ ਗਏ ਸੋ ਕੀ ਬਣਿਆ ਜੇ? ਇਹੋ ਹੀ ਮਜ਼ਾਹੀਆ ਗੱਲ ਹੈ ਵੀ ਸ਼ੇਖਾਂ ਜਾ ਕੇ ਕਦੀ ਕਿਸੇ ਦਾ ਕੁਛ ਬਣੇ? ਸ਼ੇਖਾਂ ਦੇ ਘਰ ਉਧਾਰ ਲੈਣਗੇ। ਅੱਛਾ, ਬੂਹੇ ਦੇ ਉੱਤੇ ਐਸਾ ਮੰਜ਼ਰ ਵੇਖਿਆ
उधार मंगण दा हौसले नहीं पिया। ओए की वेखायो जनाब? शेखां दे बूए ते आया फकीर। अच्छा, कहिंदा जी अल्लाह दे नां ते मैनूं कुछ दिओ, अंदरों साइकिल कढ के उहनूं झूटे देण लग पिया। अच्छा तू कैलेंडर की करना है? भाई वंडन वास्ते छुपाए ने, वंडो विचो केड़े पासे चला जावा। फकीर आया मंगण वास्ते, कहिंदा जी अल्लाह दे नां ते शेख साहब 10 रुपए दिओ, अल्लाह तुहानूं 20 देगा। कहिंदा पहलो उहदे कोल 20 ले लै, 10 तूं रखी, 10 मैनूं दे। इन्ना इतबार नहीं उहनूं। मासी, मैं ते आप सोचा मिस्त्रियां दा काम छड्ड के ना उस्ताद
ਤੇ ਬੜੇ ਘਟਿਆ ਨਿਕਲਿਆ। ਐਡਾ ਸੀਰੀਅਸ ਹੋਣ ਦੀ ਲੋੜ ਨਹੀਂ, ਉਹ ਘਰ ਦੇ ਆ ਪਾਲਿਆ ਮਸਤਾ ਸਤਾਰ ਪਿਓਮਾ ਬਿਆ ਹੁੰਦਾ ਹੋਰ ਉਸਤਾਦ ਤਬਲਾ ਬਿਆ ਹੁੰਦਾ। ਤੈਨੂੰ ਮੈਂ ਮਸ਼ੀਨ ਖੋਲਣ ਦਾ ਕਹਿ ਗਿਆ, ਇੱਧਰ ਕਿੱਧਰ ਫਿਰਨੇ? ਮੈਂ ਇੱਥੇ ਤੇਰੇ ਭੇਤ ਖੋਲਣ ਆ ਗਿਆ। ਇਹਦੇ ਨਾਲ ਵਿਆਹ ਕਰਨੀ ਇਹਦੇ ਨਾਲ? ਆਹੋ, ਜਿਹਨੂੰ ਅਕਲ ਦਾ ਘੱਟ ਹੈ। ਤੈਨੂੰ ਬੜੀ ਅਕਲ ਹੈ, ਪਜਾਮਾ ਕੁੜਤਾ ਇਕੱਠਾ ਹੀ ਸਵਾ ਲਿਆ ਹੋਇਆ। ਇੱਕ ਲਾਣਾ ਪਵੇ ਨਾਲ ਦੂਜਾ ਵੀ ਲਾਓ। ਉਹ ਮਿਸਤਰੀਆਂ ਦੇ ਕੱਪੜੇ ਇਹੋ ਜਿਹੇ ਹੁੰਦੇ ਨੇ? ਮਿਸਤਰੀ ਕੀ ਪੈਕ ਹੋਏ ਹੁੰਦੇ ਨੇ? ਪੈਕ ਹੋਏ ਹੁੰਦੇ ਨੇ। ਆਪ ਤੂੰ ਸੀਨੀਅਰ ਕੈਂਟੀਆਂ ਵਾਲਾ ਸੂਟ ਪਾ ਕੇ ਆ ਜਾਂਦਾ ਉਹਦੇ। ਜਾਹਲ ਆਦਮੀ, ਇਹ ਲਾਈਨਿੰਗ ਵਾਲਾ ਚੈੱਕ ਹੈ। ਲਾਈਨਿੰਗ ਵਾਲਾ ਚੈੱਕ? ਤੁਮੇ ਕੀ ਪਤਾ, ਤੁਮ ਤੋ ਹੋਈ ਭੂਤਨੀ ਦੇ ਨੂੰ ਉਰਦੂ ਵਿੱਚ ਕੀ ਕਹਿੰਦੇ ਨੇ? ਭੂਤਨੀ ਕਾ? ਭੂਤਨੀ ਕੇ ਹੋ ਤੁਮ? ਆ ਵੇਖ ਕਿਡੀ ਟਰਾਂਸਲੇਟਰ ਰੱਖੀ ਨਾਲ। ਠੀਕ ਹੈ ਨਾ, ਮੈਂ ਫੀਕੇ ਦੇ ਨਾਲ ਆ। ਪੰਜਾਬੀ ਚ ਕਹਿ ਲੈ ਚ ਬਹੁਤਾ ਵਜ਼ਨ ਹੁੰਦਾ ਹੈ। ਇੱਕ ਲੜਾਈ ਉਰਦੂ ਵਿੱਚ ਹੋ ਰਹੀ ਹੈ ਤੇ ਭੂਤਨੀ ਕਿਉਂ ਪੰਜਾਬੀ ਵਿੱਚ ਆ? ਉਰਦੂ ਚ ਲੜਾਈ ਤੂੰ ਕੀ ਹਲੀਮ ਵਾਲੇ ਨਾਲ ਲੜਨ ਡਿਆ ਹੈ? ਹਲੀਮ ਵਾਲੇ ਨਾਲ ਲੜਨ ਡਿਆ ਤੇ ਹਲੀਮ ਵਾਲੇ ਚਮਚੇ ਨਾਲ ਤੇ ਲੜਨ ਡਿਆ? ਲੜਨ ਡਿਆ? ਐਡਾ ਵੱਡਾ ਮੂੰਹ ਲੈ ਕੇ ਵਰਕਸ਼ਾਪ ਚ ਬਹਿ ਜਾਂਦਾ, ਗਾਹਕ ਬਾਹਰੋਂ ਹੀ ਵੇਖ ਕੇ ਮੁੜ ਜਾਂਦਾ, ਰਸ਼ ਬਹੁਤ ਤੇ ਅੱਗੇ ਚੱਲਨੇ ਆ। ਤੇ ਆਪਣਾ ਮੂੰਹ ਵੇਖ ਵਰਕਸ਼ਾਪ ਵਿੱਚ ਬੈਠਾ ਹੋਵੇ, ਗਾਹਕ ਕਹਿੰਦਾ ਓਏ ਮਿਸਤਰੀ ਬਿਮਾਰ ਆ। ਮਿਸਤਰੀ ਬਿਮਾਰ ਏ, ਅਕਲ ਦਾ ਘਾਟਾ ਇਹਨੂੰ। ਇਹਨੂੰ ਮੈਂ ਕਿਹਾ ਇੰਜਣ ਖੋਲ, ਗੱਡੀ ਦੀ ਡਿੱਗੀ ਖੋਲ ਕੇ ਕਹਿੰਦਾ ਉਸਤਾਦ ਜੀ ਇੰਜਣ ਚੋਰੀ ਹੋ ਗਿਆ। ਤੇ ਵਿੱਚ ਹੈ ਹੀ ਨਹੀਂ ਸੀ, ਤੇ ਫੇਰ ਹੈ ਹੀ ਨਹੀਂ ਸੀ ਇੰਜਣ, ਅੱਗੇ ਹੁੰਦਾ ਕਿ ਪਿੱਛੇ ਹੁੰਦਾ ਹੀ ਆ? ਅੱਗੇ ਹੁੰਦਾ ਤੇ ਫਿਰ ਗੱਡੀ ਪੁੱਠੀ ਕਰਕੇ ਖਿਲਾ। ਤੁਹਾਨੂੰ ਨਹੀਂ ਪਤਾ ਸ਼ਗਿਰਦ ਗੱਡੀ ਵੱਲ ਜਾ ਰਹੀ ਹੈ, ਗੱਡੀ ਪੁੱਠੀ ਖਿਲਾਰੀਏ, ਆਪ ਨਹੀਂ ਉੱਤੋਂ ਦੀ ਆ ਸਕਦਾ। ਮੈਨੂੰ ਚ ਫੇਰਾ ਪਵਾਲਾ, ਗੱਡੀ ਨਾ ਪੁੱਠੀ ਕਰ। ਤੁਹਾਡੇ ਪਿਓ ਦਾ ਸ਼ਗਿਰਦ ਲੱਗਾ ਹੋਇਆ, ਐਡਾ ਨਾ ਮੁਰਾਦ ਹੈ। ਆਪ ਰੋਜ਼ ਵਰਕਸ਼ਾਪ 'ਚ ਲੇਟ ਆਉਂਦਾ, ਇੱਕ ਦਿਨ ਮੈਂ ਲੇਟ ਆਇਆ ਤੇ ਮੈਨੂੰ ਕੁੱਟਣ ਲੱਗ ਪਿਆ। ਤੇ ਸਹੀ ਗੱਲ ਹੈ, ਟਾਈਮ 'ਤੇ ਨਹੀਂ ਆਓਗੇ ਤੇ ਕੰਮ ਕਿਵੇਂ ਸਿੱਖੋਗੇ? ਹੁਣ ਸ਼ਗਿਰਦਾਂ ਵਾਲੇ ਕੋਈ ਘੋਲ ਕੇ ਤੇ ਨਹੀਂ ਨਾ ਪਿਆਣਾ? ਇਹ ਤੇ ਆਪਣੀ ਮਿਹਨਤ ਹੀ ਕਰਨੀ ਪੈਣੀ। ਧੋਣ ਤੇ ਸਿੱਧੀ ਰੱਖ, ਤੇਰਾ ਲੋਡ ਘੱਟ ਹੋਇਆ। ਬਦਤਮੀਜ਼ ਆਦਮੀ, ਐਡਾ ਬੇਵਕੂਫ ਹੈ, ਮਾਰਕੀਟ 'ਚ ਪਾਈ ਆਇਆ ਲੋਹਾ ਖਰੀਦਣ, ਕਬਾੜੀਆ ਆ ਕੇ ਕਹਿੰਦਾ ਲੋਹਾ ਵੇਚ, ਤਲਾਂਤੀ ਨੇ ਸਾਰੇ ਹਜ਼ਾਰ ਵੇਚਤੇ। ਇਹ ਲੋਹੇ ਦੇ ਹੀ ਹੁੰਦੇ ਨੇ, ਹੋਰ ਪਲਾਸਟਿਕ ਦੇ ਹੁੰਦੇ, ਪਲਾਸਟਿਕ ਦੇ ਹੁੰਦੇ ਨੇ। ਇੱਕ ਤੇਰੇ ਨਾਲ ਮਾਰਾ ਚਾ, ਮੈਨੂੰ ਡਰ ਹੈ ਅੱਗੋਂ ਆਪ ਕੁੱਟਣ ਲੱਗ ਪੈਂਦਾ ਹੈ। ਬਦਤਮੀਜ਼ਾਂ ਨਾ ਹੋਵੇ ਇਹ ਮਸੂਮ ਹੈ, ਮਸੂਮਾਂ ਦੇ ਐਡੇ ਐਡੇ ਮੂੰਹ ਹੁੰਦੇ ਨੇ ਤੇ ਹੋਰ ਐਡੇ ਐਡੇ ਹੁੰਦੇ ਨੇ। ਐਡਾ ਵੱਡਾ, ਐਡਾ ਮੂੰਹ ਮੈਂ ਸ਼ੇਵ ਕਰਾਉਣ ਗਿਆ, ਨਾਈ ਅੱਧੀ ਸ਼ੇਵ ਕਰਕੇ ਬਹਿ ਗਿਆ। ਉਹ ਮੈਂ ਕਿਹਾ ਜਨਾਬ ਕੀ ਹੋਇਆ? ਕਹਿੰਦਾ ਭਾਈ ਸਾਹਿਬ ਉਸ ਤਰ੍ਹਾਂ ਗਰਮ ਹੋ ਗਿਆ। ਐ ਜੇਬ ਕਰਾਉਣ ਗਿਆ ਨਾਈ, ਉਸ ਤਰ੍ਹਾਂ ਰੱਖ ਕੇ ਫੇਰ ਚੁੱਕ ਲਵੇ, ਫੇਰ ਰੱਖ ਕੇ ਫੇਰ ਚੁੱਕ। ਮੈਂ ਕਿਹਾ ਕੀ ਹੋਇਆ? ਕਹਿੰਦਾ ਉਸ ਤਰ੍ਹਾਂ ਦਾ ਹਾਸਾ ਨਿਕਲ ਜਾਂਦਾ। ਐਡੀ ਜਿਹੜੀ ਮਜ਼ਾਈਆ ਸ਼ੇਵ ਕਰਨ ਡਿਆ ਸੀ ਹਨਾ, ਤੇ ਤੂੰ ਜਿਹੜੀ ਐਡੀ ਕਰਨ ਡਿਆ ਹੋਇਆ ਕਦਮ ਸ਼ੇਵ। ਐਡਾ ਵੱਡਾ ਮੂੰਹ, ਇਹਦੇ ਦੰਦ ਅੰਦਰ ਖੁੱਲੇ ਡੁੱਲੇ ਫਿਰਦੇ ਹੁੰਦੇ, ਇਹਦਾ ਐਡਾ ਨਿੱਕਾ ਮੂੰਹ, ਇਹਦੇ ਦੰਦ ਆਪਸ 'ਚ ਗੱਲਾਂ ਕਰਦੇ ਨੇ, ਉਹ ਯਾਰ ਨਾਲ ਹੋ ਕੇ ਖੁੱਲੋ। ਇਹਦੀਆਂ ਦਾੜਾਂ ਅਗਲੇ ਦੰਦਾਂ ਨੂੰ ਕਹਿੰਦੀਆਂ ਨੇ, ਅੰਦਰ ਹੀ ਬੜੇ ਰਹਿੰਦੀ, ਉਹ ਬਾਹਰ ਵੀ ਟੁਰਿਆ ਫਿਰਿਆ। ਡਾਕਟਰ ਕੋਲ ਦਵਾਈ ਲੈਣ ਗਿਆ, ਡਾਕਟਰ ਨੇ ਗੋਲੀਆਂ ਦਿੱਤੀਆਂ, ਗੋਲੀਆਂ ਅੰਦਰ ਜਾ ਕੇ ਰਾਹ ਲੱਭਣ ਲੱਗ ਪਈਆਂ, ਜਾਣਾ ਕਿੱਧਰ? ਐਡਾ ਵੱਡਾ ਮੂੰਹ, ਇਹ ਕਿੱਧਰ ਨੂੰ ਨਿਕਲਣਾ? ਮੈਂ ਪਤਾ ਨਹੀਂ, ਇਹਨੇ ਦਵਾਈ ਖਾਧੀ, ਇਹਨੇ ਕੈਪਸੂਲ ਅੰਦਰ ਛੁੱਟਿਆ, ਕੈਪਸੂਲ ਊ ਕਰਕੇ ਬਾਹਰ ਆ। ਉਹ ਕਹਿੰਦੇ ਕੀ ਹੋਇਆ? ਕਹਿੰਦੇ ਯਾਰ ਥਾਂ ਥੋੜੀ ਹੈ, ਮੇਰਾ ਸਿਰ ਤਾਲੂ ਨੂੰ ਵੱਜਿਆ। ਬੜਾ ਮਜ਼ਾ ਬਦਤਮੀਜ਼ ਆਦਮੀ, ਗੱਡੀ ਦੇ ਮੈਟ ਕੱਢ ਕੇ ਉਹਦੀ ਕਮੀਜ਼ ਬਣਵਾ ਲਈ। ਉਹ ਮੈਂ ਕਿਹਾ ਇਹ ਕੀ ਕਰਨਾ? ਕਹਿੰਦਾ ਉਸਤਾਦ ਜੀ ਇਹ ਵਿਛਾ ਕੇ ਥੱਲੇ ਵੜੀ ਦਾ, ਗੱਡੀ ਦੇ ਉਂਝ ਹੀ ਵੜ ਜਾਇਆ ਕਰਾਂਗੇ। ਐਡਾ ਬਦਤਮੀਜ਼ ਆਦਮੀ ਸਾਨੂੰ ਕਹਿੰਦਾ ਗੱਡੀ ਥੱਲੇ ਵੜ, ਆਪ ਤੇ ਨਹੀਂ ਵੜਦਾ। ਇਹ ਕਹਿੰਦੀ ਗੱਡੀ ਥੱਲੇ ਵੜਿਆ ਹੋਇਆ ਸੀ, ਇਹਨੂੰ ਬਿੱਲੀ ਖਿੱਚ ਕੇ ਲੈ ਗਈ ਸਾਰੇ ਸ਼ਗਿਰਦ ਮਗਰ ਮਗਰ ਸਾਡਾ ਉਸਤਾਦ ਸਾਡਾ। ਤੇ ਬਿੱਲੀ ਦੀ ਆਪਣੀ ਗੱਡੀ ਖਰਾਬ ਹੋਈ ਸੀ, ਕਹਿੰਦੀ ਪਹਿਲਾਂ ਇਹ ਸਹੀ ਕਰ।
बदतमीज आदमी वेले हाथ तंग लिया और गरीबा वो एक चाह ना दो बंद खान लिया वो इश्क करना फिर ना इश्क करना साढ़े वर्गे रईस लोगों का काम लो जी रईस ते वेखो इन्हें पुजारो च तस्मे पुआए हो नहीं जब दिल ही टूट गया सीधा कैमरा सिया मुंडा है चिड़ी मार्केट च किसी की चोरी हो गई अगले चले परचा कराउण कहने जी परचा बाद च कराना पहले मेरे उस्ताद की तलाशी ले लो फिर जो उन्हें तलाशी लाई सी ते तेरिया जेबां चो गैस किट नहीं निकली आई सही अज आ जाई आ रहा मैं नसी ना उथों उथे ही।